ਅਸਲਾਮ ਅਲੈਕੁਮ ਵਰਹਿਮਤੁਲਾਹੀ ਵਬਰਕਾਤੁ। ਕੀ ਹਾਲ ਜੀ ਮੇਰੇ ਤਮਾਮ ਭੈਣ ਭਰਾਵਾਂ ਦਾ? ਮੈਂ ਉਮੀਦ ਕਰਦੀ ਸਾਰੇ ਖੈਰੀਅਤ ਨਾਲ ਹੋਣਗੇ। ਅੱਲਾ ਪਾਕ ਸਾਰੇ ਤਮਾਮ ਵਿਵਰਸ ਨੂੰ ਖੁਸ਼ ਤੇ ਆਬਾਦ ਰੱਖੇ। ਇਸੇ ਪਿਆਰੀ ਜੀ ਦੁਆ ਨਾਲ ਕਰਦੇ ਜੀ ਅੱਜ ਦੀ ਪਿਆਰੀ ਜੀ ਵੀਡੀਓ ਦਾ ਆਗਾਜ਼। ਤੇ ਅੱਜ ਦੀ ਵੀਡੀਓ ਆਗਾਜ਼ ਕਰਨ ਤੋਂ ਪਹਿਲਾਂ ਆਪਣੇ ਤਮਾਮ ਵਿਵਰਸ ਨੂੰ ਰਿਕੁਐਸਟ ਕਰਦੇ ਕਿ ਜਿਨ੍ਹਾਂ ਨੇ ਸਾਡਾ ਯੂਟਿਊਬ ਚੈਨਲ ਸ਼ਮਾਲਿਆ ਵਲੌਗ ਸੁਣ ਨਹੀਂ ਕੀਤਾ, ਕਾਇੰਡਲੀ ਸਬਸਕ੍ਰਾਈਬ ਕਰਨ ਤੇ ਜੀ ਨਾਲ ਦਿੱਤਾ ਗਿਆ ਬੈਲ ਆਈਕਨ ਜ਼ਰੂਰ ਪ੍ਰੈਸ ਕਰਨ ਤਾਂ ਕਿ ਸਾਡੀ ਹਰ ਨਵੀਂ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਬਾਰ ਵਕਤ ਜੀ ਸਾਡੇ ਵਿਵਰਸ ਤੱਕ ਪਹੁੰਚ ਸਕੇ। ਤੇ ਜੀ ਮੈਂ ਥੋੜ੍ਹੀ ਜਿਹੀ ਬਿਜ਼ੀ ਹਾਂ, ਇਸ ਵਜ੍ਹਾ ਤੋਂ ਮੈਂ ਆਪਣੇ ਵਿਵਰਸ ਦਾ ਕਮੈਂਟ ਦਾ ਜਿਹੜਾ ਜਵਾਬ ਨਹੀਂ ਹਜੇ ਦੇ ਪਾਈ। ਮੇਰੇ ਦੋ ਟੋਪਿਕ ਨੇ, ਇਨਸ਼ਾਅੱਲਾ ਉਹਨਾਂ 'ਤੇ ਮੈਂ ਆਪਣੇ ਵਿਵਰਸ ਨੂੰ ਲਾਜ਼ਮੀ ਰਿਪਲਾਈ ਕਰੂੰਗੀ। ਔਰ ਜੀ ਅੱਜ ਦੀ ਵੀਡੀਓ 'ਚ ਮੈਂ ਸ਼ੇਅਰ ਕਰਨ ਵਾਲੀ ਹਾਂ ਕਿ ਜੀ ਮਾਸ਼ਾਅੱਲਾ ਕੈਸਰ ਸਾਹਿਬ ਘਰ ਪਹੁੰਚ ਗਏ ਨੇ, ਔਰ ਉਹਨਾਂ ਦੀ ਆਉਣ ਦੀ ਵੀਡੀਓ ਵੀ ਮੈਂ ਕੈਪਚਰ ਕੀਤੀ ਆ, ਉਹ ਵੀ ਆਪਣੇ ਵਿਵਰਸ ਨਾਲ ਸ਼ੇਅਰ ਕਰ ਰਹੀ ਹਾਂ, ਔਰ ਗੱਡੀ ਵੀ ਸ਼ੇਅਰ ਕਰ ਰਹੀ ਹਾਂ ਇਨਸ਼ਾਅੱਲਾ ਇਨਸ਼ਾਅੱਲਾ। ਅਤੇ ਜੀ ਅੱਜ ਅਸੀਂ ਦੁਪਹਿਰ ਦੇ ਖਾਣੇ 'ਚ ਕੈਸਰ ਵਾਸਤੇ ਔਰ ਉਹਨਾਂ ਦੇ ਫਰੈਂਡਸ ਵਾਸਤੇ ਕੀ ਬਣਾ ਰਹੇ ਹਾਂ ਉਹ ਵੀ ਆਪਣੇ ਵਿਵਰਸ ਨਾਲ ਸ਼ੇਅਰ ਕਰਦੇ ਹਾਂ। ਤੇ ਜੀ ਵੀਡੀਓ ਦੇ ਨਾਲ ਜੁੜੇ ਰਹਿਣਾ, ਵੀਡੀਓ ਨੂੰ ਸਕਿਪ ਨਹੀਂ ਕਰਨਾ। ਤੇ ਜੀ ਚੱਲਦੇ ਹਾਂ ਆਪਣੀ ਵੀਡੀਓ ਦੀ ਤਰਫ। ਕੈਸਰ ਸਾਹਿਬ ਪਹੁੰਚ ਗਏ ਨੇ ਘਰ, ਬਹੁਤ ਅਸਲਾਮ ਅਲੈਕੁਮ, ਵੈਲਕਮ ਟੂ ਹੋਮ। ਕੀ ਹਾਲ ਹੈ? ਠੀਕ ਹੋ? ਹਾਂਜੀ ਠੀਕ ਠਾਕ, ਸ਼ੁਕਰ ਅਲਹਮਦੁਲਿਲਾ। ਚਾਬੀ ਮੇਰੇ ਹਵਾਲੇ ਕਰ ਦੋ ਮੇਰੀ। ਮਮਾ ਇਹ ਆਮਦ ਟੁੱਟ ਟੋਟ। ਅੱਲਾਹ ਖੈਰੀ ਪਹੁੰਚ ਗਏ ਹੋ? ਹਾਂਜੀ ਮਾਈ ਸਵੀਟ ਹੋਮ ਤੇ ਬੜਾ ਸੋਹਣਾ ਲੱਗ ਰਿਹਾ ਹੈ, ਹੈ ਨਾ? ਖੋਲ ਦਿੱਤੇ ਕਰੋ। ਨਹੀਂ ਬਸ ਉੱਚੇ ਬੰਨੇ ਹੋਏ ਨਾ ਜੀ। ਮਾਸ਼ਾਅੱਲਾ ਜਰਾਰ ਬੇਟਾ ਗੱਡੀ ਹੁਣ ਅੰਦਰ ਲੈ ਕੇ ਆ ਰਿਹਾ। ਮਾਸ਼ਾਅੱਲਾ ਨਹੀਂ ਨਹੀਂ ਆਪਣਾ ਤਾਂ ਘਰ ਭਰ ਗਿਆ ਮੈਨੂੰ ਦੇ ਬਾਬਾ। ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ ਜੀ ਆਹ ਸਾਡੇ ਪੇਂਟਰ ਸਾਹਿਬ ਦਾ ਚਸ਼ਮਾ ਦੇਖ ਰਹੇ ਹੋ, ਅੱਲਾ ਦੇ ਰੰਗ ਲੱਗੇ ਹੋਏ ਇਹਨੂੰ, ਤੇ ਇਸੇ ਤਰ੍ਹਾਂ ਅੱਲਾ ਨੇ ਸਾਨੂੰ ਵੀ ਰੰਗ ਲਾਇਆ। ਅੱਛਾ ਜੀ ਕੱਲ੍ਹ ਇਸ ਕਮਰੇ ਦੀ ਸੈਟਿੰਗ ਸਾਡੀ ਰਹਿ ਗਈ ਸੀਗੀ ਦਿਖਾਉਣ ਵਾਲੀ, ਕਿਉਂਕਿ ਸਾਡਾ ਫਰਨੀਚਰ ਉਦੋਂ ਬੈੱਡ ਟੁੱਟਿਆ ਹੋਇਆ ਸੀਗਾ ਅਤੇ ਮਿਸਤਰੀ ਜੋੜ ਰਹੇ ਸੀਗੇ, ਅਤੇ ਇਹ ਜੀ ਮਾਸ਼ਾਅੱਲਾ ਇਹ ਵਾਲੀ ਹੁਣ ਅਸੀਂ ਕੀਤੀ ਸੈਟਿੰਗ। ਇਹ ਚਰਪਾਈ ਆ ਗਈ ਇੱਥੇ ਬੈੱਡ ਵਾਲੀ ਬੈਕ ਸਾਈਡ 'ਤੇ, ਔਰ ਇਹ ਸਾਡਾ ਬੈੱਡ, ਔਰ ਇੱਕ ਚਰਪਾਈ ਇੱਧਰ, ਔਰ ਇਹ ਦੋ ਛੋਟੇ ਸੋਫੇ, ਔਰ ਨਾਲ ਕੂਲਰ ਵਾਲਾ ਛੋਟਾ ਜਿਹਾ ਟੇਬਲ, ਪਾਣੀ ਵਾਲਾ ਕੂਲਰ ਬਣਾ ਕੇ ਰੱਖਿਆ ਹੋਇਆ। ਹਾਂਜੀ ਬਾਬੂ ਆ ਗਏ ਘਰ ਪੇ, ਖੁਸ਼ ਹੋ? ਕਿਤਨਾ ਖੁਸ਼ ਹੋ? ਬਹੁਤ ਸਾਰਾ। ਹੈਲੋ ਸੈਰੇਸ਼, ਇਤਨਾ ਖੁਸ਼ ਹੋ ਜੀ? ਅਮਰਦਿਸ਼ ਬੇਟੀ ਅਦਰਕ ਔਰ ਲਸਣ ਦਾ ਬਣਾ ਰਹੀ ਹੈ ਪੇਸਟ। ਅੱਛਾ ਜੀ ਅੱਜ ਮੇਰੇ ਵਿਵਰਸ ਨੇ ਕਮੈਂਟ 'ਚ ਲਾਜ਼ਮੀ ਦੱਸਣਾ ਕਿ ਸਾਡੇ ਇਸ ਕਮਰੇ ਦੀ ਸੈਟਿੰਗ ਜਿਹੜੀ ਉਹ ਕਿਵੇਂ ਲੱਗੀ ਹੈ। ਇਸ ਕਮਰੇ ਸਿਰਫ ਔਰ ਸਿਰਫ ਸਾਡਾ ਸੌਣ ਉੱਠਣ ਬਹਿਣ ਵਾਲਾ ਹੀ ਸਾਰਾ ਨਿਜ਼ਾਮ ਆ। ਅਤੇ ਇਹ ਦੇਖੋ ਜੀ ਇੱਧਰ ਅਸੀਂ ਲਗਾਇਆ ਵਿੰਡੋ 'ਚ ਨਾ ਬਾਹਰ ਵਾਲੀ ਸਾਈਡ ਤੋਂ ਕੂਲਰ, ਏਅਰ ਕੂਲਰ,
ਤੇ 에ਅਰ ਕੂਲਰ ਦੇ ਨਾਲ ਮਾਸ਼ਾ ਕਮਰਾ ਸਾਡਾ ਬਹੁਤ ਠੰਡਾ ਹੈ। ਇਸ ਟਾਈਮ ਸਿਰਫ ਔਰ ਸਿਰਫ ਅਸੀਂ ਛੱਤ ਵਾਲਾ ਪੱਖਾ ਚਲਾਇਆ ਹੋਇਆ, ਲੇਕਿਨ ਦੀਵਾਰਾਂ ਠੰਡੀਆਂ ਹੋਣ ਦੇ ਕਰਕੇ ਸਾਡਾ ਪੂਰਾ ਕਮਰਾ ਇਸ ਟਾਈਮ ਇਸ ਪੱਖੇ ਨਾਲ ਵੀ ਠੰਡਾ ਠੰਡਾ ਮਹਿਸੂਸ ਹੋ ਰਿਹਾ ਹੈ ਮਾਸ਼ਾਅੱਲਾ। ਤੇ ਬਾਕੀ ਜੀ ਮੇਰੇ ਤਮਾਮ ਵੀਵਰਸ ਨੇ ਦੱਸਣਾ ਹੈ ਕਿ ਸਾਡਾ ਜਿਹੜਾ ਇਸ ਕਮਰੇ ਦੀ ਸੈਟਿੰਗ ਉਹ ਕਿਵੇਂ ਲੱਗੀ, ਕਿਉਂਕਿ ਕੱਲ੍ਹ ਦੂਸਰੇ ਬੈਡਰੂਮ ਦੀ ਸੈਟਿੰਗ ਮੈਂ ਦਿਖਾ ਦਿੱਤੀ ਸੀਗੀ ਅਤੇ ਇਸ ਦੀ ਰਹਿੰਦੀ ਸੀ ਹਜੇ, ਅਤੇ ਇਹ ਜਿੱਦਾਂ ਹੀ ਫਿਰ ਮਿਸਤਰੀ ਅੰਕਲ ਸਾਡਾ ਜੋੜ ਕੇ ਚਲੇ ਗਏ ਸੀ ਬੈੱਡ, ਫਿਰ ਅਸੀਂ ਆਪਣੀ ਸੈਟਿੰਗ ਬਾਅਦ 'ਚੋਂ ਕੀਤੀ। ਅਤੇ ਜੀ ਇਹ ਮਾਸ਼ਾਅੱਲਾ ਸਾਡੀ ਖੜੀ ਆ ਗੱਡੀ, ਹਾਦੀ ਸਾਹਿਬ ਨੇ ਖੂਬ ਮਸਤੀਆਂ ਕੀਤੀਆਂ, ਆਪਣੇ ਸਾਰੇ ਖਿਡੌਣੇ ਗੱਡੀ ਦੇ ਵਿੱਚ ਰੱਖੇ ਹੋਏ ਆ, ਬੈਗ ਸਮੇਤ। ਇਹ ਦੇਖੋ ਇਹਦਾ ਬੈਗ ਪਿਆ ਆ, ਅਤੇ ਇੱਥੇ ਬੈਠ ਕੇ ਖੇਡਦਾ ਹਟਿਆ, ਆਪਣੀ ਮਰਜ਼ੀ ਨਾਲ ਬਾਹਰ ਨਿਕਲਿਆ। ਹੁਣ ਅਸੀਂ ਉਹਨੂੰ ਸ਼ਾਵਰ ਦਿਲਾਇਆ, ਕੱਪੜੇ ਛੱਪੜੇ ਚੇਂਜ ਕਰਾਇਆ, ਹੁਣ ਆਪਣੇ ਬਾਬਾ ਨਾਲ ਖੇਡਣ ਲੱਗਿਆ। ਉਹਨੂੰ ਗੱਡੀ ਦਾ ਇੰਨਾ ਜ਼ਿਆਦਾ ਸ਼ੌਕ ਸੀ ਮਾਸ਼ਾਅੱਲਾ। ਇਹ ਮੇਰੀਆਂ ਧੀਆਂ ਦੀ ਖੜੀ ਹੈ ਡਰੀਮ ਹੋਂਡਾ CD70, ਅਤੇ ਇਹ ਉਹਨਾਂ ਦੇ ਬਾਬਾ ਜੀ ਦੀ ਖੜੀ ਆ ਗੱਡੀ ਮਾਸ਼ਾਅੱਲਾ। ਅੱਲਾ ਪਾਕ ਨਸੀਬ ਕਰੇ ਮੇਰੇ ਡਰਾਈਵਰਾਂ ਨੂੰ। ਕੱਲ੍ਹ ਤਾਂ ਜਦੋਂ ਆਈ ਹੈ ਤਾਂ ਫਿਰ ਤੁਹਾਨੂੰ ਪਤਾ ਲੋਡਿੰਗ ਸੀ, ਗੱਡੀ ਸਾਰੀ ਖਾਲੀ ਕੀਤੀ ਸੀ ਸ਼ਾਮ ਨੂੰ ਖਾਲੀ ਕਰਕੇ ਫਿਰ ਸਾਰੀ ਧੋਤੀ ਹੈ ਵਿੱਚੋਂ, ਅਤੇ ਹੁਣ ਜਿਹੜਾ ਇਹਦਾ ਪੇਂਟ ਸ਼ੇਂਟ ਵਾਲਾ ਕੰਮ ਆ, ਕਿਉਂਕਿ ਹੁਣ ਲਈ ਆ, ਫਿਰ ਇਹ ਕੈਸਰ ਸਾਹਿਬ ਨਾਲ ਆਪ ਹੀ ਇਨਸ਼ਾਅੱਲਾ ਸੈੱਟ ਕਰਨਗੇ ਸਾਰਾ। ਅਤੇ ਗੱਡੀ ਕਿਵੇਂ ਲੱਗੀ ਆ ਇਹ ਵੀ ਤੁਸੀਂ ਲਾਜ਼ਮੀ ਦੱਸਣਾ ਕਮੈਂਟ ਬਾਕਸ ਦੇ ਵਿੱਚ। ਮਾਸ਼ਾਅੱਲਾ ਬਹੁਤ ਸੋਹਣੀ ਮਿਲ ਗਈ, ਅੱਲਾ ਪਾਕ ਰਿਜ਼ਕ ਵੀ ਦਿੱਤਾ, ਅੱਲਾ ਪਾਕ ਗੱਡੀ ਵੀ ਦੇ ਦਿੱਤੀ ਨਾਲ, ਸ਼ੁਕਰ ਅਲਹਮਦੁਲਿਲਾ। ਇਨਸਾਨ ਤਾਂ ਸਮਝੋ ਕਦੀ ਖਾਹਿਸ਼ਾਤ ਉਹਦੀਆਂ ਖਤਮ ਨਹੀਂ ਹੁੰਦੀਆਂ, ਲੇਕਿਨ ਅੱਲਾ ਪਾਕ ਨੇ ਔਕਾਤ ਤੋਂ ਵੱਧ ਕੇ ਦੇ ਛੱਡਿਆ ਕਸਮੇ, ਸ਼ੁਕਰ ਅਲਹਮਦੁਲਿਲਾ। ਜਿੰਨਾ ਸ਼ੁਕਰ ਅਦਾ ਕਰੀਏ ਉਨਾ ਹੀ ਕੰਮ ਹੈ। ਅੱਛਾ ਤੇ ਜੀ ਹੁਣ ਅਸੀਂ ਆ ਗਏ ਆਪਣੇ ਕਿਚਨ ਦੇ ਵਿੱਚ, ਰੂਟੀਨ ਦੇ ਸਾਰੇ ਕੰਮ ਮਾਸ਼ਾਅੱਲਾ ਹੋ ਚੁੱਕੇ ਨੇ ਸਾਡੇ, ਅਤੇ ਭਾਬੀ ਜੀ ਇੱਧਰ ਟਮਾਟਰ ਕੱਟ ਰਹੇ ਨੇ। ਭਾਬੀ ਜੀ ਤੁਸੀਂ ਟਮਾਟਰ ਤੋੜ ਲਿਆਂਦੇ? ਹਾਂਜੀ ਬਹੁਤ ਮਾਸ਼ਾਅੱਲਾ ਹੈ, ਦੇਖੋ ਕਿੰਨੇ ਫਰੈਸ਼ ਟਮਾਟਰ। ਹਾਂਜੀ ਸਾਡੀ ਭਾਬੀ ਨੂੰ ਨਾ ਬਹੁਤ ਜ਼ਿਆਦਾ ਸ਼ੌਕ ਹੈ ਟਮਾਟਰ ਤੋੜਨ ਦਾ ਕਿਆਰੀ ਦੇ ਵਿੱਚੋਂ, ਅਤੇ ਮੈਂ ਸੋਚਿਆ ਸੀ ਵਲੌਗ ਵਿੱਚ ਸ਼ੇਅਰ ਕਰਾਂਗੇ, ਪਰ ਤੁਸੀਂ ਤਾਂ ਦੱਸਿਆ ਹੀ ਨਹੀਂ ਮੈਨੂੰ, ਸੋਹਣੇ ਲੱਗੇ ਖੜੇ ਸੀ ਟਮਾਟਰ ਨਾ ਬਹੁਤ ਮਾਸ਼ਾਅੱਲਾ। ਹਾਂਜੀ ਇਹ ਦੇਖੋ ਜੀ ਇਹ ਮਾਸ਼ਾਅੱਲਾ ਟਮਾਟਰ ਜਿਹੜੇ ਸਾਡੀ ਆਪਣੀ ਕਿਆਰੀ ਦੇ ਟਮਾਟਰ ਵੀ ਔਰ ਸਬਜ਼ ਮਿਰਚਾਂ ਵੀ। ਅਤੇ ਜੀ ਇੱਧਰ ਭਾਬੀ ਕੀ ਪਕਾ ਰਹੇ ਹੋ? ਅਸੀਂ ਯਾਨੀ ਪੁਲਾਓ ਕਹਿ ਲਓ, ਚਿਕਨ ਪੁਲਾਓ। ਹਾਂ ਚਿਕਨ ਪੁਲਾਓ। ਭਾਬੀ ਬਹੁਤ ਮਜ਼ੇਦਾਰ ਲਾਈਟ ਜਿਹਾ ਚਿਕਨ ਪੁਲਾਓ ਬਣਾਉਂਦੇ, ਮੈਨੂੰ ਬਹੁਤ ਜ਼ਿਆਦਾ ਪਸੰਦ ਆ, ਅਤੇ ਅੱਜ ਮੈਂ ਭਾਬੀ ਦੇ ਫਰਮਾਇਸ਼ ਕੀਤੀ ਸੀ, ਮੈਂ ਕਿਹਾ ਭਾਬੀ ਜੀ ਅੱਜ ਨਾ ਤੁਸੀਂ ਸਾਨੂੰ ਉਦਣ ਵਾਲਾ ਨਾ ਚਿਕਨ ਪੁਲਾਓ ਬਣਾ ਕੇ ਦਿਓ। ਅਤੇ ਬਾਕੀ ਮਰਜ਼ੇ ਦੇ ਬਾਬਾ ਜਾਨੀ ਦੇ ਨਾਲ ਜਿਹੜੇ ਪਾਰਟਨਰ ਗਏ ਹੋਏ ਸੀ ਕੰਮ 'ਤੇ, ਉਹ ਸਾਰੇ ਆਏ ਹੋਏ, ਉਹਨਾਂ ਦਾ ਖਾਣਾ ਵੀ ਆ ਦੁਪਹਿਰ ਦਾ, ਮਿਲ ਜੁਲ ਕੇ ਖਾਵਾਂਗੇ ਇਨਸ਼ਾਅੱਲਾ। ਜਦੋਂ ਖਾਣਾ ਤਿਆਰ ਹੋਏਗਾ ਫਿਰ ਆਪਣੇ ਵੀਵਰਸ ਨਾਲ ਸ਼ੇਅਰ ਕਰਦੇ ਹਾਂ। ਅੱਛਾ ਤੇ ਜੀ ਸਾਡੇ ਕੋਲ ਮਤਲਬ ਬੈੱਡ 'ਤੇ ਦੋ ਨੇ, ਲੇਕਿਨ ਮੈਟਰਸ ਇੱਕੋ ਹੀ ਆ, ਇਸ ਵਾਸਤੇ ਮੈਂ ਜਿਹੜੇ ਬਿਸਤਰ ਪਹਿਲਾਂ ਉਸ ਬੈੱਡ 'ਤੇ ਵਿਛਾਏ ਹੋਏ ਸੀ ਉਹ ਹੁਣ ਮੈਂ ਇੱਧਰ ਵਿਛਾ ਕੇ, ਅਤੇ ਫਿਰ ਉੱਪਰ ਵਾਲੀ ਬੈੱਡਸ਼ੀਟ ਵਿਛਾਈ, ਕਿਉਂਕਿ ਇੱਧਰ ਤਾਂ ਹੁਣ ਗਰਮੀ ਹੈਗੀ, ਇਸ ਕਮਰੇ 'ਚ ਸੋਇਆ ਨਹੀਂ ਜਾਂਦਾ ਹੈਗਾ। ਅੱਲਾ ਖੈਰ ਕਰੇ ਮੈਟਰਸ ਵੀ ਲਉਂਗੀ ਇਨਸ਼ਾਅੱਲਾ ਇਸ ਬੈੱਡ ਦਾ ਵੀ, ਅਤੇ ਇੱਧਰ ਵਾਲਾ ਮੈਟਰਸ ਚੁੱਕਿਆ ਸੀ ਉਸ ਕਮਰੇ ਵਾਲੇ ਬੈੱਡ ਦੇ ਉੱਤੇ ਰੱਖ ਦਿੱਤਾ ਹੈ। ਇਹ ਦੇਖੋ ਜੀ, ਅਤੇ ਇਹ ਥੋੜ੍ਹੀ ਜਿਹੀ ਸੈਟਿੰਗ ਕੀਤੀ ਆ, ਕੁਛ ਚੀਜ਼ਾਂ ਜਿਹੜੀਆਂ ਸੀਗੀਆਂ ਬੱਚਿਆਂ ਦੀਆਂ ਉਹ ਮੈਂ ਇੱਧਰ ਉੱਪਰ ਰੱਖੀਆਂ, ਇਸ ਬੈਗ ਦੇ ਵਿੱਚ ਪਾ ਕੇ ਜਾਇਆ ਨਮਾਜ਼ ਵਗੈਰਾ, ਇਹ ਸਕੂਲ ਬੈਗ ਨੇ ਬੱਚਿਆਂ ਦੇ, ਮੈਂ ਕਿਹਾ ਚਲੋ ਇੱਧਰ ਇੱਕ ਸਾਈਡ 'ਤੇ ਨਾ ਹਾਦੀ ਦੇ ਪਹੁੰਚ ਤੋਂ ਉੱਚੇ ਪਏ ਰਹਿਣਗੇ। ਅਤੇ ਇਹ ਹੈਗੀ ਜੀ ਸਾਡੀ ਇਸ ਕਮਰੇ ਦੀ ਸੈਟਿੰਗ, ਜਿੱਦਾਂ ਕਿ ਮੇਰੇ ਵੀਵਰਸ ਕੱਲ੍ਹ ਵੈਸੇ ਦੇਖ ਚੁੱਕੇ ਸੀ, ਮੈਂ ਕਿਹਾ ਚਲੋ ਦੁਬਾਰਾ ਆਪਣੇ ਵੀਵਰਸ ਦੇ ਨਾਲ ਸ਼ੇਅਰ ਕਰਦੀ ਹਾਂ। ਇਹ ਹੈਗੀ ਜੀ ਅਸੀਂ ਫਰਿੱਜ, ਭੜੋਲਾ, ਸਟੈਂਡ ਵਾਲਾ ਪੱਖਾ, ਇਸਤਰੀ ਵਾਲਾ ਸਟੈਂਡ, ਅਤੇ ਸਾਡੀ ਇੱਕ ਭੈਣ ਕਹਿ ਰਹੀ ਸੀਗੀ ਵੀ ਬਾਜੀ ਤੁਸੀਂ ਨਾ ਖੇਸ ਨਾ ਪਾਇਆ ਕਰੋ ਅਤੇ ਕੋਈ ਅੱਛਾ ਜਿਹਾ ਨਾ ਇਸਤਰੀ ਸਟੈਂਡ ਦਾ ਕਵਰ ਲਓ। ਇਨਸ਼ਾਅੱਲਾ ਜਦੋਂ ਦੁਬਾਰਾ ਲੰਡਾ ਬਾਜ਼ਾਰ ਗਈ ਨਾ ਉੱਥੋਂ ਫਿਰ ਸੋਹਣਾ ਜਿਹਾ ਲੱਭ ਕੇ ਲੈ ਕੇ ਆਊਂਗੀ, ਕਿਉਂਕਿ ਉੱਥੇ ਹੀ ਲੱਭਦੇ ਨੇ ਬੜੇ ਪਿਆਰੇ ਪਿਆਰੇ ਬਣੇ ਹੋਏ, ਇਨਸ਼ਾਅੱਲਾ ਉੱਥੋਂ ਹੀ ਲੈ ਕੇ ਆਊਂਗੀ। ਅਤੇ ਜੀ ਕੁਛ ਘਰ ਦੇ ਵਿੱਚ ਜਿਹੜੀਆਂ ਮੈਂ ਚੇਂਜਿੰਗ ਕਰਵਾਈਆਂ ਨੇ, ਇਹ ਵਾਲੀ ਮੋਟਰ ਉਸਨੇ ਲਗਵਾਈ ਸੀਗੀ, ਇਹ ਹੈਗੀ ਆ
ਸਪਲਾਈ ਤੇ ਲੱਗੀ ਹੋਈ 12 ਵੋਲਟ ਤੇ, ਔਰ ਮੈਨੂੰ ਵਾਸ਼ਿੰਗ ਮਸ਼ੀਨ ਲਾਉਣ 'ਚ ਹਮੇਸ਼ਾ ਟੈਨਸ਼ਨ ਹੁੰਦੀ ਸੀਗੀ, ਕਦੀ ਬਰਾਮਦੇ ਵਾਲੀ ਸਾਈਡ 'ਤੇ ਲਾਉਣੀ ਪੈਂਦੀ ਸੀ ਅਤੇ ਕਦੀ ਬੈਠਕ ਵਾਲੀ ਸਾਈਡ 'ਤੇ, ਇਹ ਬੋਰਡ ਲਗਵਾਇਆ ਇਹਦੇ ਨਾਲ, ਇਹ ਵਾਲੀ ਮੋਟਰ ਵੀ ਇੱਥੇ ਚੱਲੇਗੀ ਅਤੇ ਇਨਸ਼ਾਅੱਲਾ ਵਾਸ਼ਿੰਗ ਮਸ਼ੀਨ ਵੀ ਇੱਥੇ। ਵਾਸ਼ਿੰਗ ਮਸ਼ੀਨ ਦੀ ਵੈਸੇ ਮੇਰੀ ਇਹ ਜਗ੍ਹਾ ਸੀਗੀ, ਇੱਥੇ ਹੀ ਹੁੰਦੀ ਸੀ ਇਹ ਕੱਪੜੇ ਦੀ ਛਾਂ ਦੇ ਥੱਲੇ, ਲੇਕਿਨ ਮਾਸ਼ਾਅੱਲਾ ਫਿਰ ਗੱਡੀ ਘਰ ਆ ਗਈ ਆ, ਆਰਜ਼ੀ ਤੌਰ 'ਤੇ ਮੈਂ ਫਿਰ ਵਾਸ਼ਿੰਗ ਮਸ਼ੀਨ ਆਪਣੀ ਚੁੱਕ ਕੇ ਇੱਧਰ ਛਾਂ 'ਤੇ ਰੱਖ ਲਈ ਆ। ਦੂਧ ਬੋਇਲ ਕਰਕੇ ਰੱਖਿਆ ਹੋਇਆ ਮਾਸ਼ਾਅੱਲਾ, ਅਤੇ ਆਪਣੀ ਭੈਣ ਦੀ ਮੈਂ ਖਾਹਿਸ਼ ਵੀ ਜ਼ਰੂਰ ਪੂਰੀ ਕਰੂੰਗੀ ਇਨਸ਼ਾਅੱਲਾ, ਮੈਂ ਇਹਦਾ ਬਹੁਤ ਪਿਆਰਾ ਜਿਹਾ ਕਵਰ ਲੈ ਕੇ ਆਊਂਗੀ ਇਸਤਰੀ ਸਟੈਂਡ ਦਾ। ਫਿਲਹਾਲ ਮੇਰੇ ਕੋਲ ਖੇਸ ਹੀ ਅਵੇਲੇਬਲ ਸੀਗਾ ਅਤੇ ਫਿਰ ਮੈਂ ਖੇਸ ਹੀ ਪਾ ਛੱਡਿਆ ਉੱਤੇ, ਅਤੇ ਇਨਸ਼ਾਅੱਲਾ ਜਾਊਂਗੀ ਅਤੇ ਫਿਰ ਜ਼ਰੂਰ ਲੈ ਕੇ ਆਊਂਗੀ ਆਪਣਾ ਨਾ ਇਸਤਰੀ ਸਟੈਂਡ ਦਾ ਕਵਰ ਵੀ। ਔਰ ਇਸੇ ਤਰ੍ਹਾਂ ਆਪਣੀ ਰਾਏ ਦਾ ਜਿਹੜਾ ਇਜ਼ਹਾਰ ਤੁਸੀਂ ਕਮੈਂਟ ਦੇ ਥਰੂ ਕਰਦੇ ਹੋ, ਯਕੀਨ ਜਾਣੋ ਬਹੁਤ ਅੱਛਾ ਲੱਗਦਾ ਹੈ ਮਾਸ਼ਾਅੱਲਾ, ਅਤੇ ਜਿਹੜੀ ਚੀਜ਼ ਬੰਦੇ ਨੂੰ ਖੁਦ ਨੂੰ ਨਹੀਂ ਪਤਾ ਚੱਲ ਰਹੀ ਹੁੰਦੀ ਉਹ ਫਿਰ ਤੁਹਾਡੇ ਥਰੂ ਪਤਾ ਚੱਲ ਜਾਂਦੀ, ਫਿਰ ਬੰਦਾ ਉਸ 'ਤੇ ਅਮਲ ਕਰਦਾ ਔਰ ਕੰਮ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਆ। ਅੱਛਾ ਜੀ, ਚਾਵਲ ਪੱਕੇ ਮਾਸ਼ਾਅੱਲਾ ਸਾਡੇ ਹੋ ਗਏ ਸਟਾਰਟ, ਪਿਆਜ਼ ਬਰਾਊਨ ਹੋਣ ਤੋਂ ਬਾਅਦ ਭਾਬੀ ਜੀ ਨੇ ਸ਼ਾਮਿਲ ਕਰ ਦਿੱਤਾ ਆ ਚਿਕਨ, ਅਤੇ ਮੈਂ ਜੀ ਇਹ ਟੋਕਰੀ ਲੈ ਕੇ ਜਾ ਰਹੀ ਹਾਂ ਆਪਣੀ ਕਿਆਰੀ ਵਿੱਚ। ਭਾਬੀ ਮੈਂ ਥੋੜ੍ਹਾ ਧਨੀਆ ਔਰ ਪੁਦੀਨਾ ਤੋੜ ਲਿਆ ਮੈਂ। ਅੱਛਾ ਜੀ, ਮੈਂ ਆ ਗਈ ਹਾਂ ਹੁਣ ਆਪਣੀ ਕਿਆਰੀ 'ਚ ਮਾਸ਼ਾਅੱਲਾ, ਅਤੇ ਮਿਰਚਾਂ ਵੀ ਕਾਫੀ ਜ਼ਿਆਦਾ ਰੈੱਡ ਵੀ ਹੋਈਆਂ ਖੜੀਆਂ ਨੇ, ਤੋੜਨ ਵਾਲੀਆਂ ਹੋਈਆਂ ਖੜੀਆਂ। ਓਏ ਹੋਏ, ਗਰਮੀ ਦੀ ਵਜ੍ਹਾ ਤੋਂ ਬਹੁਤ ਬੁਰੀ ਹਾਲਤ ਹੈ ਸੱਚੀ। ਅਤੇ ਮੈਂ ਜੀ ਇੱਥੋਂ ਤੋੜਦੀ ਹਾਂ ਥੋੜ੍ਹਾ ਜਿਹਾ ਪੁਦੀਨਾ, ਬਹੁਤ ਜ਼ਿਆਦਾ ਤੇਜ਼ ਧੁੱਪ, ਹੱਥ ਨਾਲ ਹੀ ਤੋੜ ਲੈਂਦੀ ਹਾਂ ਮੈਂ ਕਿਹਾ ਚਲੋ ਚਾਵਲ ਬਣ ਰਿਹਾ ਨਾਲ ਥੋੜ੍ਹਾ ਜਿਹਾ ਸੈਲਡ ਅਤੇ ਰਾਇਤਾ ਬਣਾ ਲਵਾਂਗੇ। ਇਹ ਦੇਖੋ ਜੀ ਮਾਸ਼ਾਅੱਲਾ ਪੁਦੀਨਾ ਮੈਂ ਤੋੜ ਲੈ। ਅੱਛਾ ਜੀ, ਹੁਣ ਤੋੜ ਲੈਣੀ ਆ ਸਬਜ਼ ਮਿਰਚ, ਇਹ ਵਾਲੀਆਂ ਡੋਡੀ ਵਾਲੀਆਂ ਮਿਰਚਾਂ ਅਤੇ ਬੜੀਆਂ ਕੌੜੀਆਂ ਹੁੰਦੀਆਂ, ਛੋਟੀਆਂ ਛੋਟੀਆਂ ਲੇਕਿਨ ਬੜੀਆਂ ਕੜਵੀਆਂ ਹੁੰਦੀਆਂ ਇਹ, ਮੈਂ ਕਿਹਾ ਚਲੋ ਰਾਇਤੇ 'ਚ ਹੀ ਪਾਉਂਦੇ ਹਾਂ। ਇਹ ਜੀ ਸਬਜ਼ ਮਿਰਚਾਂ ਨੂੰ ਪੁਦੀਨਾ ਮੈਂ ਤੋੜ ਲਿਆ, ਇਹਦਾ ਲੋਬੀਆ ਮਾਸ਼ਾਅੱਲਾ ਬਹੁਤ ਸੋਹਣਾ ਹੋਇਆ ਖੜਾ ਆ, ਇਹਦੇ ਤਾਂ ਰਾਤੀ ਪਾਣੀ ਲੱਗ ਗਿਆ ਸੀਗਾ ਅਤੇ ਬਾਕੀ ਉੱਧਰ ਹਜੇ ਲਾਉਣ ਵਾਲਾ ਰਹਿੰਦਾ, ਸਬਜ਼ੀ ਦੇ ਵਿੱਚ ਬੜੀ ਬੁਰੀ ਹਾਲਤ ਹੋਈ ਖੜੀ ਹੈ ਗਰਮੀ ਨਾਲ। ਦੇਖੋ ਦੇਖੋ ਕਿੰਨੀ ਗਰਮੀ ਹੈ। ਲੈ ਜੀ ਮਾਸ਼ਾਅੱਲਾ ਸਾਡਾ ਜਿਹੜਾ ਪੁਲਾਓ ਦਮ ਵਾਸਤੇ ਰੈਡੀ ਹੋ ਗਿਆ, ਅਤੇ ਹੁਣ ਭਾਬੀ ਜੀ ਲੱਗੇ ਨੇ ਦਮ ਲਾਉਣ। ਭਾਬੀ ਕਿੰਨੀ ਦੇਰ ਹੈ ਹੋਰ? ਬਸ ਤਕਰੀਬਨ 20 ਮਿੰਟ। ਚਲੋ ਮਾਸ਼ਾਅੱਲਾ, ਮਤਲਬ ਦੁਪਹਿਰ ਦੇ ਸਹੀ ਟਾਈਮ 'ਤੇ ਆਪਣਾ ਖਾਣਾ ਰੈਡੀ ਹੋ ਜਾਏਗਾ ਨਾ। ਅੱਛਾ ਜੀ ਮਾਸ਼ਾਅੱਲਾ, ਮੇਰੀ ਇਸ਼ਾਲ ਬੇਟੀ ਇੱਧਰ ਦੇਖੋ, ਬਾਬਾ ਕੇ ਆਨੇ ਕੀ ਖੁਸ਼ੀ ਮੈਂ ਰੈਡੀ ਰੈਡੀ ਹੋ ਕੇ ਫਿਰ ਰਹੀ ਹਾਂ, ਅਤੇ ਇੱਧਰ ਮੇਰੀ ਸਭ ਤੋਂ ਬੜੀ ਬੇਟੀ ਮਾਸ਼ਾਅੱਲਾ ਬਣਾ ਰਹੀ ਹੈ ਰਾਇਤਾ। ਵਾਹ, ਉਹ ਵਿਚਾਰੇ ਨੂੰ ਚੱਕਰ ਹੀ ਨਾ ਆ ਜਾਣ, ਇੰਨੀ ਜ਼ੋਰ ਜ਼ੋਰ ਕੇ ਘੁਮਾ ਰਹੀ ਹੈ। ਮੈਂ ਜੀ ਮਾਸ਼ਾਅੱਲਾ ਰਾਇਤਾ ਸਾਡਾ ਹੋ ਗਿਆ ਤਿਆਰ। ਅੱਛਾ ਜੀ ਮਾਸ਼ਾਅੱਲਾ ਰਾਇਤਾ ਸਾਡਾ ਹੋ ਗਿਆ ਰੈਡੀ ਬਿਲਕੁਲ, ਡੋਂਗੇ 'ਚ ਕਰ ਦਿੱਤਾ ਸ਼ਿਫਟ ਇੱਧਰ। ਇਸ ਕੇ ਉੱਪਰ ਨਾ ਤਕਰੀਬਨ ਚੁਟਕੀ ਕਾਲੀ ਮਿਰਚੀ ਡਾਲੋ, ਛਿੜਕ ਦੋ। ਹਮਨੇ ਡਾਲ ਦੀ ਪਹਿਲੇ ਥੋੜੀ ਕਮ। ਜੀ ਮਾਸ਼ਾਅੱਲਾ ਯਮੀ ਯਮੀ ਰਾਇਤਾ ਤਿਆਰ। ਅੱਛਾ ਜੀ ਮਾਸ਼ਾਅੱਲਾ ਰਾਇਤਾ ਵੀ ਢੱਕ ਦਿੱਤਾ ਤਿਆਰ ਕਰਕੇ, ਹੁਣ ਅਸੀਂ ਬਣਾ ਲੈਂਦੇ ਹਾਂ ਸੈਲਡ।
ਉਹ ਜੀ ਕੁੰਡੀ ਮਾਸ਼ਾਅੱਲਾ ਧੋ ਕੇ ਰੱਖ ਰਹੇ ਨੀਚੇ। ਅੱਛਾ ਜੀ ਹਾਦੀ ਜਾਨੀ ਨੂੰ ਲੱਗੀ ਹੋਈ ਭੁੱਖ ਅਤੇ ਮੈਂ ਹੁਣ ਬਣਾ ਕੇ ਹਟੀ ਹਾਂ ਹਾਦੀ ਬੇਟੇ ਦਾ ਫੀਡਰ। ਅੱਛਾ ਜੀ ਹਾਦੀ ਬੇਟਾ ਫੀਡਰ ਪੀ ਰਿਹਾ, ਮੰਮਾ ਦਾ ਦੁਪੱਟਾ ਲੈ ਕੇ, ਮੰਮਾ ਦਾ ਦੁਪੱਟਾ ਲੈ ਕੇ ਸੌਂਦਾ ਆ ਮੇਰਾ ਬੇਟਾ। ਹੈਲੋ ਹਾਦੀ, ਫੀਡ ਪੀ ਲਿਓ ਜੀ। ਮਾਸ਼ਾਅੱਲਾ ਸਾਡੇ ਪੁਲਾਵ ਨੂੰ ਆ ਚੁੱਕਿਆ ਦਮ, ਪੂਰਾ ਟਾਈਮ ਹੋ ਗਿਆ ਪੂਰਾ, ਅਤੇ ਹੁਣ ਭਾਬੀ ਜੀ ਕਰਨ ਲੱਗੇ ਨੇ ਇਹਨੂੰ ਓਪਨ ਪਤੀਲੇ ਦੇ ਢੱਕਣ ਨੂੰ, ਅਤੇ ਖੁਸ਼ਬੂਆਂ ਨਾ ਬੜੀਆਂ ਐਵੇਂ ਬਸ ਭੁੱਖ ਲਵਾਈ ਖੜੀਆਂ। ਓ ਮਾਸ਼ਾਅੱਲਾ, ਹੱਥ ਬਈ ਖਿਆਲ ਨਾਲ, ਖਿਆਲ ਨਾਲ ਭਾਬੀ ਉਹ ਦੂਸਰੀ ਸਾਫੀ ਲੈ ਲਓ ਨਾ, ਹੱਥ ਨਾ ਛੁਡਾਓ। ਓ ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਦੇਖਣ 'ਚ ਬਹੁਤ ਮਜ਼ੇਦਾਰ ਲੱਗ ਰਿਹਾ ਅਤੇ ਖਾਣ 'ਚ ਤਾਂ ਮਾਸ਼ਾਅੱਲਾ ਫਿਰ ਜ਼ਬਰਦਸਤ ਰਾਈਸ ਹੋ ਗਿਆ ਹਮਾਰੇ ਤਿਆਰ। ਮਾਸ਼ਾਅੱਲਾ ਚਲੇ ਜੀ, ਖੁਸ਼ਬੂ ਸੇ ਭੁੱਖ ਲੱਗ ਜਾਤੀ ਹੈ। ਹਾਂਜੀ, ਤੁਹਾਡੇ ਆਏ ਨੇ ਦੇਵਰ ਥੋੜ੍ਹੀ ਦੇਰ ਪਹਿਲਾਂ, ਕਹਿ ਰਹੇ ਨੇ ਕਿ ਹੁਣ ਖੁਸ਼ਬੂ ਸਾਨੂੰ ਸੰਘਾਣੀ ਹੈ ਜਾਂ ਕੁਛ ਖਿਲਾਓਗੇ ਵੀ, ਮੈਨੂੰ ਦਮ ਤਾਂ ਪੂਰਾ ਹੋ ਲੈਣ ਦਿਓ। ਚਲੋ ਜੀ, ਜੀ ਤਿਆਰ ਹੋ ਗਏ, ਚਾਵਲ ਜੀ ਹੋ ਗਏ ਸਾਡੇ ਮਾਸ਼ਾਅੱਲਾ ਤਿਆਰ, ਅਤੇ ਹੁਣ ਅਸੀਂ ਕਰਦੇ ਹਾਂ ਸਰਵ ਖਾਣਾ। ਅੱਛਾ ਜੀ, ਖਾਣਾ ਸਾਡਾ ਮਾਸ਼ਾਅੱਲਾ ਹੋ ਚੁੱਕਾ ਰੈਡੀ। ਇਹ ਜੀ ਦੂਸਰੇ ਡੋਂਗੇ 'ਚ ਤਾਂ ਪਾਇਆ ਵਾ, ਇਹ ਵਾਲੀਆਂ ਪਲੇਟਾਂ ਔਰ ਚਮਚ, ਔਰ ਇਸ ਡਿਸ਼ ਦੇ ਵਿੱਚ ਚਾਵਲ ਪਾਊਂ, ਕਿਉਂਕਿ ਕੈਸੇ ਸਭ ਦੇ ਜਿਹੜੇ ਮਹਿਮਾਨ ਆਏ ਨੇ ਉਹਨਾਂ ਨੂੰ ਖਾਣਾ ਮੈਂ ਬੈਠਕ 'ਚ ਹੀ ਦੇਵਾਂਗੀ, ਅਤੇ ਬਾਕੀ ਬੱਚੇ ਔਰ ਅਸੀਂ ਸਾਰੇ ਮਿਲ ਜੁਲ ਕੇ ਆਪਣੇ ਇਸ ਕਮਰੇ ਦੇ ਵਿੱਚ ਖਾਣਾ ਖਾਵਾਂਗੇ। ਚਲੋ ਅੱਛਾ ਜੀ, ਮਾਸ਼ਾਅੱਲਾ ਚਾਵਲ ਜਿਹੜੇ ਮੈਂ ਡਿਸ਼ 'ਚ ਪਾ ਦਿੱਤੇ ਇੱਧਰ। ਅੱਛਾ ਜੀ, ਜਰਾਰ ਬੇਟਾ ਦੇਣ ਜਾ ਰਿਹਾ ਖਾਣਾ ਆਪਣੇ ਚਾਚੂ ਹੋਣਾਂ ਨੂੰ, ਤਾਂ ਮੈਂ ਵੀ ਨਾਲ ਹੀ ਹਾਂ। ਦਰਵਾਜ਼ਾ ਵਜਾ। ਅੱਛਾ, ਮਹਿਮਾਨਾਂ ਨੂੰ ਖਾਣਾ ਦੇ ਦਿੱਤਾ, ਅਤੇ ਹੁਣ ਅਸੀਂ ਲੱਗੇ ਹਾਂ ਮੈਂਗੋ ਕੱਟਣ, ਅਤੇ ਨਾਲ ਨਾਲ ਮੈਂ ਬੱਚਿਆਂ ਨੂੰ ਖਾਣਾ ਵੀ ਸਰਵ ਕਰਦੀ ਹਾਂ। ਅੱਛਾ ਜੀ, ਮਹਿਮਾਨਾਂ ਵਾਸਤੇ ਮੈਂਗੋ ਕੱਟ ਦਿੱਤੇ, ਜਰਾਰ ਬੇਟਾ ਦਿਓ ਤੁਸੀਂ ਜਾ ਕੇ। ਅਤੇ ਜੀ ਹੁਣ ਜਿਹੜੇ 3 ਮੈਂਗੋ ਨੇ ਇਹ ਮੈਂ ਕੱਟਦੀ ਹਾਂ ਆਪਣੇ ਬੱਚਿਆਂ ਵਾਸਤੇ। ਲਓ ਜੀ, ਮਹਿਮਾਨਾਂ ਨੂੰ ਮਾਸ਼ਾਅੱਲਾ ਖਾਣਾ ਜਿਹੜਾ ਅਸੀਂ ਦੇ ਦਿੱਤਾ, ਅਤੇ ਹੁਣ ਮੇਰੇ ਬੱਚੇ ਬੇਸਬਰੇ ਹੋਏ ਬੈਠੇ ਗਏ, ਮਾਮਾ ਜੀ ਬਹੁਤ ਭੁੱਖ ਲੱਗੀ ਹੈ, ਅਤੇ ਸਾਨੂੰ ਵੀ ਹੁਣ ਰੋਟੀ ਮਤਲਬ ਕਿ ਪਲਾਓ ਦੇ ਦਿਓ, ਹੁਣ ਮੈਂ ਲੱਗੀ ਹਾਂ ਆਪਣੇ ਬੱਚਿਆਂ ਨੂੰ ਖਾਣਾ ਦੇਣ ਵਾਸਤੇ। ਬਸ ਜੀ, ਕੱਲ੍ਹ ਵੀਡੀਓ ਨਹੀਂ ਅਪਲੋਡ ਕਰ ਸਕੀ, ਮਤਲਬ ਕਿ ਰਾਤ ਟਾਈਮ ਵਾਲੀ, ਜਿੱਦਾਂ ਕਿ ਕੈਸੇ ਸਾਹਿਬ ਘਰ ਆਏ ਸੀ, ਬਹੁਤ ਸਾਰਾ ਕੰਮ ਮਾਸ਼ਾਅੱਲਾ ਫਿਰ ਬੜ ਗਿਆ ਸਾਡਾ, ਗੱਡੀ ਵਗੈਰਾ ਵੀ ਅਸੀਂ ਜਿਹੜੀ ਲੋਡਿੰਗ ਸੀਗੀ ਉਹ ਸਾਰੀ ਖਾਲੀ ਕੀਤੀ ਆ। ਬੈਠਕ ਦੀ ਹਾਲਤ ਅਜੇ ਤੁਹਾਨੂੰ ਦਿਖਾਉਂਗੀ, ਅਤੇ ਬੈਠਕ ਦੇ ਵਿੱਚ ਇਸ ਟਾਈਮ ਕੈਸੇ ਦੇ ਫਰੈਂਡਸ ਆਏ ਹੋਏ ਨੇ, ਜਿਹੜੇ ਨਾਲ ਕੰਮ 'ਤੇ ਗਏ ਹੋਏ ਸੀਗੇ ਪਾਰਟਨਰ ਵਾਲੇ, ਉਹ ਆਪਣਾ ਕੋਈ ਹਿਸਾਬ ਕਿਤਾਬ ਕਰ ਰਹੇ ਨੇ, ਅਤੇ ਖਾਣਾ ਜਿੱਦਾਂ ਕਿ ਰੈਡੀ ਹੋ ਰਿਹਾ ਮਾਸ਼ਾਅੱਲਾ। ਬਸ ਫਿਰ ਰਾਤੀ ਵੀਡੀਓ ਨਹੀਂ ਅਪਲੋਡ ਕਰ ਸਕੀ ਕਿਉਂਕਿ ਕੰਮ ਕਾਫੀ ਜ਼ਿਆਦਾ ਸੀਗੇ, ਅਤੇ ਰਾਤ ਵਾਲੇ ਖਾਣੇ ਦੀ ਵੀਡੀਓ ਮੈਂ ਨਹੀਂ ਬਣਾ ਸਕੀ। ਅਤੇ ਜੀ ਇਨਸ਼ਾਅੱਲਾ ਹੁਣ ਨੈਕਸਟ ਜਿਹੜੀ ਵੀਡੀਓ ਹੋਈ ਅਸੀਂ ਅਪਲੋਡ ਕਰਦੇ ਰਹਾਂਗੇ, ਔਰ ਜਿਹੜੇ ਕਮੈਂਟਸ ਦੇ ਜਵਾਬ ਨੇ ਉਹ ਇਨਸ਼ਾਅੱਲਾ ਨੈਕਸਟ ਵੀਡੀਓ ਦੇ ਵਿੱਚ ਮੈਂ ਲਾਜ਼ਮੀ ਦਊਂਗੀ। ਅਤੇ ਜੀ ਬਹੁਤ ਬਹੁਤ ਸ਼ੁਕਰੀਆ ਮੇਰੇ ਤਮਾਮ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਮੈਨੂੰ ਇੰਨੀ ਸਪੋਰਟ ਕੀਤੀ ਆ, ਮੇਰੀ ਸਪੋਰਟ ਕਰ ਰਹੇ ਨੇ। ਅਲਹਮਦੁਲਿਲਾ 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 ਜੀ, ਇਹ ਜੋ ਕੁਛ ਵੀ ਹਾਂ ਮੈਂ ਅੱਜ ਤੁਹਾਡੀਆਂ ਦੁਆਵਾਂ ਦੇ ਨਾਲ ਹਾਂ। ਅਤੇ ਬਸ ਇਨਸਾਨ ਵਾਸਤੇ ਹਰ ਬੰਦਾ ਸਿਰਫ ਪਿਆਰ ਮੁਹੱਬਤ ਕਰਨ ਵਾਲੇ ਨਹੀਂ ਹੁੰਦਾ, ਕਈ ਮੁਹੱਬਤ ਕਰਦੇ ਨੇ ਅਤੇ ਕਈ ਜੈਲਸੀ ਕਰਦੇ ਨੇ, ਠੀਕ ਹੈ। ਅਤੇ ਅੱਲਾ ਪਾਕ ਉਹਨਾਂ ਨੂੰ ਵੀ ਨੇਕ ਹਦਾਇਤ ਦੇਵੇ। ਅਤੇ ਕੀ ਕਹਿੰਦੇ ਨਾ ਕਿ ਹਸਦ ਨਹੀਂ ਕਰਨਾ ਚਾਹੀਦਾ, ਬਰਾਬਰੀ ਕਰ ਲੈਣੀ ਚਾਹੀਦੀ ਹੈ।
ਤੇ ਅਲਹਮਦੁਲਿਲਾ ਜੀ ਜੋ ਵੀ ਅਸੀਂ ਅੱਜ ਤੱਕ ਕਮਾਇਆ, ਕਿਉਂਕਿ ਯੂਟਿਊਬ ਤਾਂ ਅਸੀਂ 3 ਸਾਲ ਪਹਿਲਾਂ ਯੂਟਿਊਬ 'ਤੇ ਆਏ ਨਾ, ਉਸ ਤੋਂ ਪਹਿਲਾਂ ਵੀ ਮਾਸ਼ਾਅੱਲਾ ਸਾਡੀ ਗੱਡੀ ਸੀ, ਸਾਡਾ ਘਰ ਸੀ, ਸਭ ਕੁਛ ਸੀ, ਅੱਲਾਹ ਦਾ ਸ਼ੁਕਰ ਆ। ਅਤੇ ਉਹ ਸੇਲ ਕਰ ਦਿੱਤੀ ਸੀ ਅਤੇ ਹੁਣ ਅਸੀਂ ਦੁਬਾਰਾ ਲਈ ਆ ਮਾਸ਼ਾਅੱਲਾ। ਗੱਡੀ ਵੀ ਤੁਸੀਂ ਦੇਖੀ ਆ ਮੇਰੇ ਵੀਵਰਸ ਨੇ, ਅਤੇ ਲਾਜ਼ਮੀ ਦੱਸਣਾ ਹੈ ਕਿ ਸਾਡੀ ਗੱਡੀ ਔਰ ਮੇਰੇ ਘਰ ਦੀ ਜਿਹੜੀ ਪੂਰੀ ਸੈਟਿੰਗ ਆ ਉਹ ਮਾਸ਼ਾਅੱਲਾ ਕਿੱਦਾਂ ਲੱਗੀ ਆ। ਕਿਚਨ ਦੀ ਸੈਟਿੰਗ ਵੀ, ਕਿਚਨ ਦੀ ਸੈਟਿੰਗ ਤਾਂ ਉਹੀ ਆ, ਲੇਕਿਨ ਕੱਲ੍ਹ ਅਸੀਂ ਥੋੜ੍ਹਾ ਉਹਨੂੰ ਨੀਟ ਕੀਤਾ ਹੈ ਦੁਬਾਰਾ ਨਵੇਂ ਸਿਰੇ 'ਤੇ। ਅਤੇ ਬਾਕੀ ਅੱਲਾਹ ਖੈਰ ਕਰੇ, ਤੁਹਾਡੀਆਂ ਦੁਆਵਾਂ ਨਾਲ ਅੱਲਾਹ ਤਾਲਾ ਤੁਹਾਡੀ ਭੈਣ ਨੂੰ ਬਹੁਤ ਕੁਛ ਦੇ ਰਿਹਾ। ਸ਼ੁਕਰ ਅਲਹਮਦੁਲਿਲਾ, ਬਹੁਤ ਸ਼ੁਕਰੀਆ ਮੇਰੇ ਤਮਾਮ ਯੂਟਿਊਬ ਫੈਮਿਲੀ ਦਾ। ਚਾਏ ਮੈਂ ਬਣਾ ਕੇ ਦੇ ਛੱਡੀ ਆ ਜਿਹੜੇ ਮਹਿਮਾਨ ਆਏ ਸੀ ਉਹਨਾਂ ਨੂੰ, ਅਤੇ ਇੱਕ ਦਫ਼ਾ ਲੀਮੂ ਵਾਲੀ ਸਕੰਜ ਵੀ ਬਣਾਈ, ਕਿਉਂਕਿ ਛੋਟੇ ਛੋਟੇ ਜਿਹੜੇ ਹੁੰਦੇ ਆ ਵਿੱਚੋਂ ਫਿਰ ਨਹੀਂ ਵੀ ਮੈਂ ਕੈਪਚਰ ਕਰ ਸਕਦੀ, ਬੱਚੇ ਨੇ ਘਰ ਮਾਸ਼ਾਅੱਲਾ, ਅਤੇ ਮਹਿਮਾਨ ਵੀ ਆਏ ਹੋਏ ਆ ਅਤੇ ਕਾਫੀ ਜ਼ਿਆਦਾ ਬਿਜ਼ੀ ਆ, ਕੁਛ ਕੈਪਚਰ ਹੋ ਜਾਂਦਾ ਕੁਛ ਫਿਰ ਰਹਿ ਵੀ ਜਾਂਦਾ, ਹਾਥੀ ਬੇਟਾ ਵਿੱਚੋਂ ਫੋਨ ਵੀ ਮੰਗਣ ਲੱਗ ਜਾਂਦਾ, ਤੁਹਾਨੂੰ ਪਤਾ ਛੋਟਾ ਬੱਚਾ ਰੋਣ ਲੱਗ ਜਾਂਦਾ। ਹੁਣ ਵੀ ਉਹਨੂੰ ਫੀਡਰ ਦੇ ਕੇ ਆਈ ਹਾਂ, ਫੀਡਰ ਪੀ ਕੇ ਹੁਣ ਸੌ ਜਾਏਗਾ ਅਤੇ ਖਾਣੇ ਦੇ ਟਾਈਮ 'ਤੇ ਮਾਸ਼ਾਅੱਲਾ ਉੱਠ ਜਾਏਗਾ ਨਾ। ਹੁੰਦਾ ਇਹ ਹੁਣ ਸੌਣ ਦਾ ਟਾਈਮ ਆ, ਇਹ ਵਾਲਾ ਹੁੰਦਾ ਨੀਂਦ ਵਾਲਾ ਟਾਈਮ ਹੁੰਦਾ, ਫੀਡਰ ਪੀ ਕੇ ਸੌ ਜਾਂਦਾ ਹੈ ਫਿਰ। ਅਤੇ ਜੀ ਮੈਂ ਉਮੀਦ ਕਰਦੀ ਹਾਂ ਮੇਰੇ ਤਮਾਮ ਵੀਵਰਸ ਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਏਗੀ, ਔਰ ਜੇ ਅਗਰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਹੈ। ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰਨਾ, ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਅਤੇ ਇਨਸ਼ਾਅੱਲਾ ਜੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਨਾਲ। ਆਪਣਾ ਬਹੁਤ ਸਾਰਾ ਖਿਆਲ ਰੱਖਣਾ ਹੈ, ਸਾਡਾ ਵੀ ਨਾਲ ਖਿਆਲ ਰੱਖਣਾ, ਆਪਣੀ ਫੈਮਿਲੀ ਦਾ ਵੀ ਖਿਆਲ ਰੱਖਣਾ ਆ। ਅਤੇ ਜੀ ਇਜਾਜ਼ਤ ਮੰਗਦੀ ਹਾਂ, ਆਪਣੀ ਭੈਣ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼, ਫੀ ਅਮਾਨਿਲਾ।